ਪੰਜਾਬ ਸਰਕਾਰ ਦੇ ਮੁਲਾਜ਼ਮਾਂ ਜੋ ਪਿੰਡੂ ਏਰੀਆ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਬੇਸਿਕ ਪੇ ਦੇ ਉੱਪਰ ਜੋ ਪਿੰਡੂ ਭੱਤਾ 5% ਮਿਲੇਗਾ 1.7.2021 ਤੋਂ ਪਰ ਇਹ 1.16 ਤੋਂ 36.2021 ਦਾ ਏਰੀਆ ਨਹੀਂ ਮਿਲੇਗਾ ਜੀ ਇਸ ਤਰ੍ਹਾਂ ਹੀ ਬੇਸਿਕ ਪੇ ਤੇ ਜੋ ਏਰੀਆ ਉਹ ਇੱਕ ਇੱਕ 2016 ਤੋਂ ਮਿਲੇਗਾ ਜੋ ਡੀ ਦਾ ਏਰੀਆ ਇੱਕ ਇੱਕ 2016 ਤੋਂ ਮਿਲੇਗਾ ਜੀ ਪੰਜਾਬ ਸਰਕਾਰ ਨੇ 1.7 2019 ਤੋਂ ਡੀ 17% ਇਹ 11 2021 ਤੋਂ ਜੋ ਡੀਏ ਹੈ 28% ਦਿੱਤਾ ਹੈ ਜੀ ਪਰ ਇਸ ਤਰ੍ਹਾਂ ਆਪਾਂ ਸੋਚੀਏ 6ਵੇਂ ਪੇ ਕਮਿਸ਼ਨ ਦੇ ਉੱਪਰ ਜੋ ਮੈਡੀਕਲ ਪੱਤਾ ਅਲਾਂਸ ਹੈ ਜੋ ਏਰੀਆ ਦਾ ਹੈ 11 16 ਤੋਂ 36 2021 ਤੱਕ ਜੋ ਸਾਢੇ 5 ਸਾਲ ਦਾ ਇਹ ਸਰਕਾਰ ਨਹੀਂ ਦੇ ਰਹੀ ਇਸ ਤਰ੍ਹਾਂ ਹੀ ਹਾਊਸ ਰੈਂਡ ਦਾ ਵੀ ਏਰੀਆ ਜੋ 11 16 ਤੋਂ 36 2021 ਤੱਕ ਮਾਨਸਿਵਾਰ ਉਹ ਨਹੀਂ ਦੇ ਰਹੀ ਇਸ ਤਰ੍ਹਾਂ ਹੀ ਪਿੰਡੂ ਪਤਾ ਹੈ ਉਸ ਦਾ ਵੀ 16 ਤੋਂ 30 ਜੂਨ 2021 ਤੱਕ ਏਰੀਆ ਨਹੀਂ ਮਿਲੇਗਾ ਜੀ ਬਾਕੀ ਆਪਾਂ ਦੇਖਦੇ ਹਾਂ ਅੱਜ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦਾ ਚਾਹੇ ਪੱਕਾ ਮੁਲਾਜ਼ਮਾਂ ਚਾਹੇ ਕੱਚਾ ਮੁਲਾਜ਼ਮਾਂ ਹਰ ਇੱਕ ਦੁਖੀਆ ਪ੍ਰਾਣੀ ਪੈਨਸ਼ਨ ਸਕੀਮ ਵਾਲਿਆਂ ਨੇ ਮਰਿੰਡੇ ਵਿਖੇ ਵੀ ਤਰਨ ਲਾਇਆ ਸੀ ਮਹਾਰੈਲੀ ਕੀਤੀ ਗਈ ਇਸ ਤਰ੍ਹਾਂ ਜੰਦਰ ਦੇ ਵਿੱਚ ਰੈਲੀ ਕੀਤੀ ਗਈ ਹੋਰ ਮੁਲਾਜ਼ਮਾਂ ਜੋ ਧਰਨੇ ਲਈ ਜਾ ਰਹੇ ਹਨ ਪੰਜਾਬ ਦੇ ਵਿੱਚ ਨਾਰਸਾ ਨੇ ਅੱਜ ਤੋਂ 6 12 ਤੋਂ ਹੜਤਾਲ ਲਗਾਤਾਰ ਜਾਰੀ ਕੀਤੀ ਹੈ ਜੀ ਉਹਨਾਂ ਦੀਆਂ ਵੀ ਮੰਗਾਂ ਨਹੀਂ ਮੰਨਣਗੀਆਂ ਉਹਨਾਂ ਦੇ ਪ੍ਰਧਾਨ ਸਵਰਨਜੀਤ ਕੌਰ ਨੇ ਕਿਹਾ ਕਿ ਸਾਡੀਆਂ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਬੇਸਿੱਟ ਰਹੀਆਂ ਇਸ ਕਰਕੇ ਸਾਨੂੰ ਮਜਬੂਰ ਹੋ ਕੇ 6 ਦਸੰਬਰ ਤੋਂ ਜੋ ਹੜਤਾਲ ਲਗਾਤਾਰ ਜਾਰੀ ਰੱਖਣੀ ਪਈ ਜੀ ਮੈਡੀਕਲ ਅਲਾਉਂਸ ਹੈ ਜੋ 1 7 2021 ਤੋਂ ਹੀ ਰੇਨ ਮਿਲੇਗਾ ਕਿਉਂਕਿ 1 16 ਤੋਂ 30 6 2021 ਤੱਕ ਜੋ ਮੈਡੀਕਲ ਅਲਾਉਂਸ ਹੈ ਨਹੀਂ ਮਿਲੇਗਾ ਜੀ ਇਸ ਤਰ੍ਹਾਂ ਹੀ ਹੈ ਜੋ ਮੋਬਾਈਲ ਪਤਾ ਹੈ ਉਸ ਦਾ ਏਰੀਆ ਵੀ 1/16 ਤੋਂ 30/6 2021 ਤੱਕ ਨਹੀਂ ਮਿਲੇਗਾ 1/7/2021 ਤੋਂ ਮਾਇਲ ਪੱਤੇ ਦਾ ਜੋ ਬਕਾਇਆ ਮਿਲੇਗਾ ਜੀ ਐਚਆਰਏ ਹੈ ਹਾਊਸ ਰੈਂਟ ਅਲੌਂਸ ਹੈ ਉਹ 1/7/2021 ਤੋਂ ਬਕਾਇਆ ਮਿਲੇਗਾ ਪਰ 1/16 ਤੋਂ 30/6 2021 ਤੱਕ ਜੋ ਹਾਊਸ ਰੈਂਟ ਦਾ ਬਕਾਇਆ ਨਹੀਂ ਮਿਲੇਗਾ ਇਹ 5.5 ਸਾਲ ਦਾ ਏਰੀਆ ਨਹੀਂ ਮਿਲੇਗਾ ਜੀ